ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270-1917। ਸਤਿ ਸ਼੍ਰੀ ਅਕਾਲ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਅਤੇ ਸੁਖਾਨਾ ਤਾਂ ਆਪਣਾ ਖੇਤਾਂ 'ਚ ਰਹਿ ਸਕਦੇ ਨਾ, ਠੀਕ ਹੈ। ਮੋਬਾਈਲ ਨੰਬਰ ਆਪਣਾ 99155-37244। ਪਹਿਲੇ ਨੰਬਰ ਜਿਹੜੀ ਬੈਠ ਦੇਖੀ ਹੈ ਆਪਾਂ ਤਾਜ਼ੀ ਸੂਣ ਵਾਲੀ, ਕਿਹੜਾ ਸੂਆ ਸੁਣਦੇ ਹੋ? ਦੂਜਾ ਸੂਆ। ਪਹਿਲਾ ਸੂਆ ਆਪਣੇ ਕੋਲ ਹੀ ਸੀ, ਠੀਕ ਹੈ। ਸਾਰੇ ਪਸ਼ੂ ਘਰੇਲੂ ਹੀ ਆਪਣੇ? ਕਿੰਨਾ ਦੁੱਧ ਚੋਇਆ ਪਹਿਲਾਂ ਦਾ? ਪਹਿਲਾਂ ਐਤਕੀ ਅੰਦਾਜ਼ਾ ਹੈ ਕੀ ਕਹਿੰਦਾ ਕਿੰਨਾ ਪਾ ਦੂ? ਮੰਨ ਕੇ ਚੱਲੀਏ 25-12 ਵਾਲੀ ਹੈਗੀ ਆ। ਅੱਜ ਦਿਨ ਕਿੰਨੇ ਬਾਕੀ ਪਏ? ਇੱਕ ਹਫ਼ਤਾ ਇਹਦਾ ਸੂਣ 'ਚ ਬਾਕੀ ਪਿਆ। ਮੁੱਲ ਇਹਦਾ ਆਪਾਂ ਕੀ ਰੱਖਿਆ? ਮੰਨ ਲਈਏ ਵੀ ਮਾਣ ਤਾਣ ਹੋਜੂ, 90 ਤੋਂ ਅੰਦਰ ਹੋਊ ਕਿ ਬਾਹਰ ਹੋਊ? 90 ਤੋਂ ਅੰਦਰ ਹੋਜੂ ਮਾੜੀ ਮੋਟੀ, ਠੀਕ ਹੈ। ਅਤੇ ਥਾਣ ਥੂਣ ਚਾਰੇ ਓਕੇ ਆ? ਕਹਿ ਕੇ ਮਹੀਨੇ ਪਹਿਲਾਂ ਦੁੱਧ ਛੱਡੀ ਆਪਾਂ? ਸੀਮਨ ਵਗੈਰਾ ਤਾਂ ਨਹੀਂ ਯਾਦ ਰੱਖਿਆ ਕਿਹੜਾ? ਥਾਣ ਚਾਰੇ ਜਮ੍ਹਾਂ ਓਕੇ ਆ। ਸੁਧਰੋ ਠੰਡੀ ਸੀਲ ਪੂਰੀ ਓਕੇ ਆ। ਅਤੇ ਲੇਵਾ ਅੱਗੇ ਪਿੱਛੇ ਵਾਲੇ ਬਾਲ ਢਿੱਲਾਂ ਕਾਫੀ ਪਈਆਂ ਹਨ, ਠੀਕ ਹੈ। ਅਤੇ ਮਿਲਕਵੇਂ ਦੇਖੋ, ਧੋਰੀ ਬਾਹਰ ਲਿਓ। ਸੋ ਮਿਲਕਵੇਂ ਦੇਖੋ ਪੂਰੀ ਮੋਟੀ ਸਾਫ਼ ਸੁਥਰੀ, 94,000 ਰੁਪਏ ਕੀਮਤ ਹੈ। 90,000 ਦੇ ਵਿੱਚੋਂ ਬਣਦਾ, ਮਾੜਾ ਮੋਟਾ ਮਾਣ ਤਾਣ ਹੋਜੂ। ਸੋ ਬੈਠ ਸਾਫ਼ ਸੁਥਰੀ ਹੈ ਪੂਰੀ ਓਕੇ। ਸੋ ਦੇਖੋ ਮੂੰਹ ਮੱਥਾ ਪੂਰਾ ਚੰਗਾ ਇਹਦਾ, ਸਾਫ਼ ਸੁਥਰਾ ਅਤੇ ਰਾਜੀ ਸਮੀ ਪਲੀ ਵੀ ਆ, ਪ੍ਰਿੰਟ ਪਰੂੰਟ ਬੈਠ ਦੇ ਬਹੁਤ ਚੰਗੇ ਆ। ਦੂਸਰਾ ਸੂਆ ਸੁਣਦੀ ਹੈ, 24-25 ਲੀਟਰ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ। ਇਸ ਵਾਰ ਆਪਾਂ ਅੰਦਾਜ਼ਾ ਲਾ ਸਕਦੇ ਇਹਦੇ ਤੋਂ 27-28 ਕਿਲੋ ਦਾ, ਪਰ ਗਰਮੀ ਦੇ ਅਕੋਰਡਿੰਗ ਤੁਸੀਂ ਬੇਸ਼ੱਕ 26 ਕੁ ਮੰਨ ਕੇ ਲੈ ਲਿਓ। ਇੰਨੀ ਕੁ ਬਾਡੀ ਮੰਤਰ ਹੀ ਦੱਸਦੀ ਪਈ ਹੈ ਕਿ 26-27 ਲੀਟਰ ਦੁੱਧ ਨੇ, ਆਰਾਮ ਨਾਲ ਦੇ ਦੇਣਾ। ਮੂੰਹ ਮੱਥਾ ਚੰਗਾ ਜਿੰਦ ਜਾਣ ਅਤੇ ਬਰੀਡ ਕੁਆਲਿਟੀ ਪੂਰੀ ਫੁੱਲ ਆ, ਅਤੇ ਚਮਕ ਧਮਕ ਬੈਠ ਦੇ ਪੂਰੀ ਆ। ਗੌਰ ਵਗੈਰਾ ਵਧੀਆ ਸਾਂਭੀਆਂ ਮੈਂ ਬੈਠਾਂ ਗੀਆਂ, ਘਰ ਦੀਆਂ ਬੈਠਾਂ ਵੀਰ ਦੀਆਂ ਅਤੇ ਖੇਤਾਂ ਦੇ ਵਿੱਚ ਬੈਠੇ ਆ ਇੱਥੇ, ਅਤੇ ਖੁੱਲ੍ਹਾ ਥਾਂ ਹੋਣ ਕਰਕੇ ਪੁੱਛਾਂ ਦੇ ਸਾਫ਼ ਸੁਥਰੀ, ਮੈਂ ਕਹਿੰਦਾ ਮੱਖੀ ਚੜ੍ਹ ਕੇ ਜੀ ਉਹ ਸਿਸਟਮ ਆ, ਸਾਂਭ ਸੰਭਾਲ ਬਹੁਤ ਇਹਨਾਂ ਦੀ। ਸੋ ਮਿਲਕਵੇਨ ਵਗੈਰਾ ਦੇਖੋ ਨੀਡ ਤੋਂ, ਪੂਰੀ ਸਾਫ਼ ਸੁਥਰੀ। ਬਾਲ ਢਿੱਲਾ ਕਾਫ਼ੀ ਪਈਆਂ, ਨੈੱਟ 'ਚ ਦਿਨ ਕਿੰਨੇ ਕੱਢ ਜੂ ਵੀਰੇ? ਸਹੀ ਹੈ ਜੀ, ਮੰਨ ਕੇ 2-3 ਦਿਨ ਉੱਪਰ ਲੈ ਜਿਹਦਾ ਗੱਲ ਵੱਖਰੀ ਹੈ ਨਾ। ਅਤੇ ਅੱਗੇ ਦੂਜਾ ਨੰਬਰ ਜਿਹੜੇ ਬੈਠ ਦੇਖੀ ਨੇ ਆਪਾਂ ਤੋਕੜ, ਠੀਕ ਹੈ, 9 ਲੀਟਰ ਜਮਾਂ ਮੇਰੇ ਨਾਲ ਹਾਜ਼ਰਾ। ਅਤੇ ਪਹਿਲਾ ਸੂਆ ਸੂਈ ਕਿ ਦੂਜਾ ਹੈ? ਅੱਛਾ, ਖਾਲੀ ਮੰਨ ਕੇ ਲੈ ਲਿਆ। ਮੁੱਲੇ ਦਾ ਕੀ ਰੱਖਿਆ? 4 ਲੀਟਰ ਦੁੱਧ ਓਕੇ ਆ, ਨਿਆਣੇ ਨੂਣਾ ਵਧੀਆ ਪਾਉਂਦੀ, ਲੈ ਮਾੜੀ ਹੱਕ ਕਿਆ ਇਹਨੂੰ ਕਰਦੀ। ਸੋ ਮੂੰਹ ਮੱਥਾ ਚੰਗਾ ਜਿੰਦ ਜਾਣ, ਦੂਜਾ ਸੂਆ ਸੂਈ ਹੋਈ ਹੈ, ਤੀਜਾ ਲਈ ਕੱਪੜਾ ਹੁਣ ਸਵੇਰ ਵਾਲੀ ਚਵਾਈ ਜੀ ਹੋਈ ਵੀ ਹੈ, ਠੀਕ ਹੈ। ਮਿਲਕਵੇਂ ਚੰਗੀ ਆ, ਸਾਫ਼ ਸੁਥਰੀ, ਕੀਮਤ ਇਹਦੀ 44,000 ਰੁਪਇਆ, 42,000 ਰੁਪਇਆ। ਅੱਗੇ ਤੀਜੇ ਨੰਬਰ ਜਿਹੜੀ ਵੱਛੀ ਦੇਖਦੇ ਆਪਾਂ, ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ? 4-5 ਮਹੀਨੇ ਹੋ ਗਏ ਸੂਈ ਨੂੰ। ਇਹ ਥੱਲੇ ਦੁੱਧ ਕਿੰਨਾ ਹੁਣ? 11 ਲੀਟਰ ਆ ਗਏ, 10 ਤੋਂ ਬਾਹਰ ਨਿਪੜੂ ਜਾਵਾਂ, ਠੀਕ ਹੈ। ਕਿੰਨਾ ਟਾਈਮ ਹੋ ਗਿਆ? ਇੱਕ ਦਿਨ ਹੀ ਹੈ ਨਾ, ਵਧੀਆ ਸੀਮਨ ਰਖਾਇਆ ਥਣਾਂ ਦੇ ਚਾਰਾਂ ਦੇ ਓਕੇ ਆ। ਇਹਦਾ ਭਾਅ ਕੀ ਹੈ? ਮੜੀ ਹੱਕ ਕਿਸੇ ਨੂੰ ਕਰਦੇ। ਸੋ ਮੂੰਹ ਮੱਥਾ ਦੇਖੋ ਸਾਫ਼ ਸੁਥਰਾ, ਅਤੇ ਪਹਿਲਾ ਸੂਆ ਸੂਈ ਵੀ ਤਾਜ਼ੀ ਨੇ ਦੁੱਧ, ਫਿਰ ਕਿੰਨਾ ਕੁ ਪਤਾ ਸੀ, ਠੀਕ ਹੈ। ਇਹਦਾ ਮੁੱਲ ਹੈਗਾ ਗਾ 44,000 ਰੁਪਇਆ। ਅਤੇ ਅੱਗੇ ਵੀਰੇ ਆਪਾਂ ਕਪੂਰੇ ਦੇਖੀਏ ਨੇ ਉਸ ਕੁੱਤੀ ਦੇ, ਹੈ ਨਾ, ਕਿਹੜੀ ਨਸਲ ਦੀ ਕੁੱਤੀ ਹੈ, ਠੀਕ ਹੈ, ਕਿਹੜੇ ਤਰ੍ਹਾਂ ਦੇ ਕਤੂਰੇ ਹੈ? ਇਕੱਲੇ ਕਤੂਰੇ ਵਿੱਚ ਨੇ ਆਪਾਂ? ਅਤੇ ਕਿੰਨੇ ਮੇਲ ਇਹਨਾਂ 'ਚ? ਇਹਨਾਂ 'ਚ 3 ਮੇਲ ਆ, 2 ਫੀਮੇਲ ਆ। ਕੀ ਰੇਟ ਰਹੂ ਇਹਨਾਂ ਦਾ? ਇਹਨਾਂ ਦਾ 25,000 ਜੇ ਇਕੱਲਾ ਇਕੱਲਾ ਲਾਉ ਕੇ। ਨੰਬਰ ਬੋਲ ਜੀ ਦੁਬਾਰਾ ਆਪਣਾ, 99155-37244, ਪਿੰਡ ਸੁਖਾਨਾ ਦਾ, ਜ਼ਿਲ੍ਹਾ ਮੋਗਾ।
ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ।